ਸਾਸਰੀ ਗਾਲਬਿਰ ਜੀ ਮੈਂ ਥਾਰਾ ਗੱਲਾ ਗਲਾਕੜ ਪਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿਚমা ਅੱਜ ਕੀਆ ਬੜੀਆਂ ਖਬਰਾਂ ਲੈ ਕੇ ਪਹੁੰਚ ਗਿਆ ਬਿਰ ਅਰ ਸਭ ਤੋਂ ਪਹਿਲੀ ਅਰ ਬੜੀ ਖਬਰ ਦੀਪ ਸਿੱਧੂ ਨੂੰ ਰਾਹਤ ਮਿਲ ਗਈ ਬਿਰ ਦਿੱਲੀ ਪੁਲਿਸ ਵਾਲੇ ਰਿਮਾਂਡ ਮੰਗ ਰਹੇ ਤੇ ਰਿਮਾਂਡ ਦੇਆ ਨਹੀਂ ਅਰ ਢਿੰਡ ਸਾ ਬ੍ਰਹਮਪੁਰਾ ਇਹਨਾਂ ਨੇ ਆਪਣੀਆਂ ਪਾਰਟੀਆਂ ਭੰਨ ਕੇ ਇੱਕ ਨਵੀਂ ਪਾਰਟੀ ਤਿਆਰ ਕਰ ਲਈ ਅਰ ਪੰਜਾਬ ਦੇ ਵਿਚমা ਰਾਜੇ ਨੇ ਕਰਤੀ ਚੂੜੀ ਟੈਟ ਜਨਗ ਦੇ ਵਿੱਚਾਂ ਆਰ ਸੰਸਕਾਰ ਦੇ ਵਿੱਚਾਂ ਵੀ ਬੰਦੇ ਜਾ ਸਕਾਂ ਆਰ ਜਿਮ ਵੀ ਕਰਤੇ ਬੰਦ ਕਾਂਗਰਸੀ ਐਮਪੀ ਰਵਨੀਤ ਬਿੱਟੂ ਕੈਪਟਨ ਮਰੀਂਦਰ ਬਾਸਵਾਲ ਖੜੇ ਕਰ ਗਿਆ ਬੇਅਦਬੀ ਮਾਮਲੇ ਲੈ ਕੇ ਆਪਣੀ ਸਰਕਾਰ ਨੂੰ ਘੇਰ ਲਿਆ ਮਜੀਠੀਏ ਦਾ ਦਾਬਾ ਕਹ ਹੈ ਆਈਜੀ ਕਮਰ ਬੀਜੇ ਪ੍ਰਤਾਪ ਚੋਣ ਲੜਨ ਦੀ ਕਰ ਰਿਹਾ ਤਿਆਰੀ ਆਰ ਇਸਕੇ ਗੈਲਗੈਲ ਕਮਰ ਬੀਜੇ ਪ੍ਰਤਾਪ ਦੀ ਰਿਪੋਰਟ ਕਿਉਂ ਹੋਈ ਖਾਰਜ ਨਵਜੋਤਕਾਰ ਸਿੱਧੂ ਨੇ ਕੈਪਟਨ ਆਰ ਹੋਰ ਕਈ ਬੰਦੇ ਨੂੰ ਮਾਰੇ ਰਗੜੇ ਆਰ ਜਦ ਬੀਬੀ ਨੇ ਮਾਰੇ ਰਗੜੇ ਫੇਰ ਵੀ ਨਵਜੋਤ ਸਿੰਘ ਸਿੱਧੂ ਕੀ ਤਰ੍ਹਾਂ ਪਿੱਛੇ ਰਹਿ ਜਾਂਦਾ ਆਰ ਨਵਜੋਤ ਸਿੱਧੂ ਵੀ ਪੜ ਕਿਆ ਕਹੇ ਈਬ ਤੱਕ ਬਾਪੂ ਪ੍ਰਕਾਸ਼ ਬਾਦਲ ਆਰ ਇਸ ਦਾ ਛੋਕਰਾ ਸੁਖਵੀਰ ਬਾਦਲ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਮਾ ਕਿਉਂ ਨਹੀਂ ਦਿਆ ਯੋ ਸਵਾਲ ਖੜੇ ਕਰਤੇ ਪਰ ਸਭ ਤੋਂ ਪਹਿਲਾ ਬੜੀ ਗੱਲ ਬਾਤ ਜਿਹੜੀ ਥਾਰੇ ਗੱਲ ਮਾ ਕਰਨ ਲੱਗ ਰਿਹਾ ਵੇ ਪੰਜਾਬ ਦੇ ਵਿਚ마 ਰਾਜੇ ਨੇ ਕਾਰਤੀ ਚੂੜੀ ਟੈਟ ਆ ਰਾਜਾ ਕਹਿ ਰਿਹਾ ਵੀ ਜਿੰਮ ਕਰ ਦਿਓ ਬੰਦ ਖੇਡਾਂ ਵਾਲਾ ਕੰਮ ਕਰ ਦਿਓ ਬੰਦ ਆਰ ਵੀਰ ਜਿੰਮਾ ਨੂੰ ਤਾਂ ਕਹਿ ਕਰ ਦਿਓ ਬੰਦ ਪਰ ਸ਼ਰਾਬ ਦਾ ਠੇਕਾ ਨਹੀਂ ਕਹ ਹੋਵੇਗਾ ਬੰਦ ਇਹ ਦੇਸੋ ਬਿਮਾਰ ਦੇਸ ਦੇ ਵਿੱਚ ਮਾ ਤੰਦਰੁਸਤੀ ਵਾਲੀ ਚੀਜ਼ਾਂ ਨੂੰ ਕਰਦਿਆਂ ਬੰਦ ਸੁਸਤੀ ਵਾਲੀ ਚੀਜ਼ਾਂ ਨੂੰ ਕਹ ਵੀ ਖੁੱਲਾ ਰਹਿਣ ਦਿਓ ਕੋਈ ਪ੍ਰੋਬਲਮ ਵਾਲੀ ਗੱਲ ਹੈ ਨਹੀਂ ਯੋ ਮਾਰੇ ਦੇਸ ਦਾ ਹਾਲ ਈਬ ਬਿਰ ਯੋ ਚਲੋ ਖਾਣੇ ਪੀਣੇ ਵਾਲੇ ਬੰਦਿਆਂ ਨੂੰ ਕਈ ਬਾਤ ਮੇਰੀ ਇਹ ਗੱਲਾਂ ਦਾ ਗੁੱਸਾ ਲੱਗ ਜਾ ਅਗਲੇ ਕਹਾ ਬਿਰ ਤਾਉ ਖਾਣੇ ਪੀਣੇ ਵਾਲਿਆਂ ਬਾ ਬੋਲਾਂ ਪਰ ਬਿਰ ਹੈਰਾਨੀ ਦੀ ਬਾਤ ਹੋਵਾ ਭਈ ਜਿੱਥਾ ਜਿੰਮ ਮਾ ਛੋਕਰੇ ਤੋ ਜਹਾ ਹੀ ਗਿਣਤੀ ਦੇ ਛੋਕਰੇ ਨਿਆਣੇ ਉੱਥਾ ਜਾਂ ਫਿਰ ਢਿੱਡ ਘਟਾਣੇ ਵਾਲੇ ਜਹਾ ਸਰੀਰ ਬਣਾਣੇ ਵਾਲੇ ਮੁੰਡੇ ਤੋ 10 12 ਹੀ ਹੋਮਾ ਜਿੰਮਾ ਬਾਕੀ ਤੋ ਢਿੱਡ ਘਟਾਣੇ ਵਾਲੇ ਹੋਵਾ ਸੈਕਲਾਂ ਬਾ ਦੌੜਨੇ ਵਾਲੇ ਹੋਮਾ ਐ ਰਾਜਾ ਕਹਿ ਰਿਹਾ ਕ ਆਈਨਾਂ ਨੂੰ ਵੀ ਕਾਇਓ ਜਿੰਮਾ ਵੀ ਹੋ ਸਕਾ ਕਰੋਨਾ ਕਾ ਇਸਕਾਰ ਕਾ ਜਿੰਮਾ ਵੀ ਕਰੋ ਬੰਦ 30 ਤਰੀਕ ਤੱਕ ਕਾ ਅਣ ਮਿੱਥੇ ਟਾਈਮ ਵਾਸਤਾ 30 ਤਰੀਕ ਤੱਕ ਪੰਜਾਬ ਮਾ ਕਾ ਐਤਵਾਰ ਵਾਲੇ ਦੇ ਲਾਕਡਾਊਨ ਲਗੇ ਕਰੇਗਾ ਸਲੀਮੇ ਬੰਦ ਜਿੰਮ ਬੰਦ ਸਪਾ ਸੈਂਟਰ ਬੰਦ ਯੋ ਕਹਿ ਲਿਓ ਵੀ ਰ ਖੇਲਾ ਵਾਲਾ ਕੰਮ ਸਾਰਾ ਰਾਜੇ ਨੇ ਬੰਦ ਕਰ ਤਿਆ ਆ ਟਾਈਮ ਕਰਫਿਊ ਕਾ 8 ਵਜੇ ਕਰ ਤਿਆਗਾ 8 ਵਜੇ ਦੇ ਸ਼ੁਰੂ ਹੋ ਜਾਏਗਾ ਕਰਫਿਊ আর শ্যাম 5 ਵੇ ਦਾ ਕਰਫਿਊ ਜਾ ਇਹ ਸਵੇਰੇ 5 ਵੇ ਦਾ ਕਰਫਿਊ ਲਗਾ ਰਹੇਗਾ আর ਵੀਰ Punjab ਕੇ Mohali ਕੇ ਵਿਚ ਮਾਇਓ ਕਾ ਬੁੱਧਵਾਰ ਲੋਕਡਾਊਨ ਲਾਣ ਦੀ ਤਿਆਰੀ RAM ਨਮੀ ਕਰ ਕਾ ਬੁੱਧਵਾਰ ਨੂੰ Chandigarh ਕੇ Panchkulle ਮਾ ਲੋਕਡਾਊਨ ਲੱਗ ਸਕਾਰ Chandigarh ਨੂੰ ਇਹ Chandigarh ਕੀ ਮਤਲਬ ਬੇਨਤੀ Punjab ਨੂੰ Mohali ਕੇ ਵਿਚ ਲੋਕਡਾਊਨ ਲਾਣੇ ਕਾ ਫੈਸਲਾ ਕਰ ਤਿਆ আর COVID ਕਾ ਬਹੁਤ ਤੇਜ਼ੀ ਨਾਲ ਫੈਲ ਰਿਹਾ আর ਇਸੇ ਕਰ ਕਾ ਵੀਰ ਹੋਟਲਾਂ ਨੂੰ ਕਰ ਤਿਆ ਬੰਦ ਕਾਇ ਡਿਲੀਵਰੀ ਕਰਾਂ ਕਰਾਂਗੇ ਕਾ ਜਿਸ ਨੇ ਚਿਗਰ ਪਕੌੜਾ ਖਾਣਾ ਟੈਲੀਫੋਨ ਕਰ ਦਿਓ ਹੋਟਲ ਵਾਲੇ ਘਰ ਫੜਾ ਜਿੰਗੇ ਆ ਕਾ ਸਲੀਮੇ ਬੰਦ ਬਾਰ ਬੰਦ ਜਿਮ ਬੰਦ ਹੋਜਿੰਗ ਸੈਂਟਰ ਬੰਦ ਸਪੋਰਟ ਕੰਪਲੈਕਸ ਬੰਦ 20 ਅਪ੍ਰੈਲ ਤੇ ਲੈ ਕੇ 30 ਅਪ੍ਰੈਲ ਮਤਲਬ 10 ਦਿਨ ਬੰਦ ਰਹਿਗੇ 10 ਦਿਨ ਬਾਅਦ ਮੈਂ ਗਾਰੰਟੀ ਦਾ ਲਿਖਾ ਦੇ ਦਿਆਂ ਫੇਰ ਬੰਦ ਅਗਾ ਹੋਵੇਗਾ ਈਸ ਨੂੰ ਰਾਜਾ ਕਹੇਗਾ ਵੀ 15 ਤਰੀਕ ਤੱਕ ਕਰ ਰੇ ਆਪਾਂ ਫੇਰ 15 ਤਰੀਕ ਤੇ ਬਾਅਦ ਰਾਜਾ ਕਹੇਗਾ ਈਬ ਆਪਾਂ ਇਸ ਨੂੰ ਅਗਲੇ 30 ਤਰੀਕ ਤੱਕ ਕਰ ਰੇ ਫੇਰ ਕਹੇਗਾ ਵੀ 15 ਤਰੀਕ ਤੱਕ ਕਰ ਰੇ ਫੇਰ 30 ਤਰੀਕ ਤੱਕ ਕਰ ਰੇ ਬਸ ਇਸ ਤੋਂ ਬਾਅਦ ਛੁੱਟੀ ਕਿਉਂਕਿ ਫੇਰ ਦੋ ਟਾਈ ਮਹੀਨੇ ਦਾ ਟਾਈਮ ਲੰਘ ਜਾਏਗਾ ਫੇਰ ਰਾਜਾ ਕਹੇਗਾ ਵੀ ਬਾਗ ਜਾਂ ਬੋਟਾਂ ਈ ਬੋਟਾਂ ਦਾ ਟਾਈਮ ਕੁੱਟੇ ਇਹ ਇਹ ਹੋਵੇਗਾ ਆਰ ਬਿਰ ਜਾਨ ਨਗੇ ਵਿੱਚਾਂ ਜਿਹੜੇ ਜਹਾਨਾ ਤੋ ਕਾ ਯੋ ਕਾ 20 ਬੰਦੇ ਦੇ ਜ਼ਿਆਦਾ ਜਾ ਨਹੀਂ ਸਕਦੇ ਜੇ ਕਿਸੇ ਕਾ ਯੋ ਬੰਦਾ ਕੋਈ ਚੜਾਈ ਕਰ ਗਿਆ ਸਮਸ਼ਾਨ ਘਾਟ ਜਾਣਾ ਉੱਥਾ ਫਿਰ 10 ਬੰਦਿਆਂ ਦੇ ਜ਼ਿਆਦਾ ਬੰਦੇ ਨਹੀਂ ਜਾ ਸਕਦੇ ਆਰ ਵੀਰ ਇਸਤੇ علاوہ ਯੋ ਕਰਵ ਕਿਸੇ ਹੋਰ ਪ੍ਰੋਗਰਾਮ ਵਾਸਤੇ 10 ਬੰਦਿਆਂ ਦੇ ਜੇ ਜ਼ਿਆਦਾ ਬੰਦੇ ਮਤਲਬ ਥਾਣੇ ਜਮਾ ਕਰਨੇ ਪ੍ਰਸ਼ਾਸਨ ਤੇ ਇਜਾਜ਼ਤ ਲੈਣੀ ਹੋਵੇਗੀ ਸ਼ੋਪਿੰਗ ਮਾਲ ਦੁਕਾਨਾਂ ਐਤਵਾਰ ਵਾਲੇ ਦਿਨ ਪੱਕੀਆਂ ਬੰਦ ਵੀਕਲੀ ਬਾਜ਼ਾਰ ਬੰਦ ਹੋਵੇਂਗੇ ਮਤਲਬ ਐਤਵਾਰ ਵਾਲੇ ਦਿਨ ਜੇ ਥੰਪ ਲੈਣੇ ਕੋ ਬਣਾ ਰਹੇ ਵੀ ਐਤਵਾਰ ਨੂੰ ਸਕੂ ਮਗਾਵੇਂਗੇ ਸ਼ਾਪਿੰਗ ਕਰ ਕਾਵੇਂਗੇ ਜੋ ਭੁੱਲ ਜੋ ਕਿਉਂਕਿ ਐਤਵਾਰ ਨੂੰ ਜਿੰਦਾ ਲੱਗੇਗਾ ਪੱਕਾ ਆਰ ਉਧਰ ਪੰਜਾਬ ਦੇ ਵਿੱਚ ਮਾ ਇਹੋ ਬਜ਼ੁਰਗ ਇਹੋ ਦੋ ਬਜ਼ੁਰਗਾਂ ਨੇ ਦੇਖ ਲਿਓ ਕਾਲੀ ਦਲ ਨੂੰ ਚੱਕਰਾ ਮਾ ਪਾਇਆ ਵਾ ਇਹ ਸ਼੍ਰੋਮਣੀ ਕਾਲੀ ਦਲ ਟਕਸਾਲੀ ਸ਼੍ਰੋਮਣੀ ਕਾਲੀ ਦਲ ਡੈਮੋਕਰੈਟਿਕ ਇਹੋ ਫਰੈਂਚਾਈਆਂ ਬਹੁਤ ਹੋ ਗਈਆਂ ਕਾਲੀ ਦਲ ਕੀਆਂ ਤੋਂ ਕੱਲ ਚੰਡੀਗੜ੍ਹ ਮੇ ਇਕੱਠੇ ਹੋ ਗਏ ਉਹ ਸਾਰੇ ਬਜ਼ੁਰਗ ਆਹ ਇਨਾ ਦੋਹਾ ਦਲਾਂਗੇ ਪ੍ਰਧਾਨ ਕਹਰੇ ਵੀਰ ਇਹ ਦੋ ਦਲ ਬਣਾਣ ਤੇ ਚੰਗਾ ਵੀ ਆਪਾਂ ਇੱਕੇ ਕਰ ਲਿਆਂਗਾ ਕਿਹਾ ਸਖਦੇਵ ਢੀਂਡਸਾਰਾ ਬਰਾਂਪੂਰਾ ਕਹਰੇ ਵੀ ਇਕੱਠੇ ਹੋ ਜਾ ਆਪਾਂ ਹਰ ਦੁਆਨੇ ਪਾਰਟੀ ਬਣਾਗਾ ਇਹ ਦੋਈ ਪਾਰਟੀਆਂ ਭੰਕਾਰ ਕਾ ਨਵੇਂ ਗਠਨ ਕਾ ਐਲਾਨ ਕਰਤੇ ਕੋ ਪਹਿਲਾਂ ਦੇਖ ਲਿਆ ਜੂਰ ਮਾਰ ਕਾ ਕੱਲਿਆ ਨੇ ਵੀ ਇਹ ਕੱਲਿਆ ਨੂੰ ਕੌਣ ਦੋ ਚੰਗੇ ਭਲੇ ਆਮ ਆਦੀ ਛਾੜ ਰੂਣੀ ਪੁੱਛਦੇ ਚੰਡੇ ਕੀ ਪਾਰਟੀ ਵੀ ਪੁੱਛਦੇ ਲੋਕ ਇਹ ਤਾਂ ਫੇਰ ਕੱਲ੍ਹ ਗਏ ਮਤਲਬ ਨਵੇਂ ਬੰਦੇ ਜਿਹੜੇ ਬਣਾ ਕੇ ਬੈਠੇ ਪਾਰਟੀ ਇਹ ਸਖਦੇਵ ਟੀਡ ਸਾਹ ਕਰਿਆ ਮਾਰਾ ਮਕਸਦ ਬਦਾਨ ਸਬਾ ਚੋਣਾਂ ਦਾ ਨਹੀਂ ਕਹਾ ਮਾਰਾ ਮਕਸਦ ਐਸਜੀਪੀਸੀ ਚੋਣਾਂ ਲੜਨੇ ਦਾ ਚੰਗੀ ਬਾਤ ਵੀ ਹਰ ਜਿਸਕੇ ਵਿੱਚ ਵਗਾ ਕਪਲੇ ਬਾਜੀ ਹੋ ਰਹੀਗਾ ਇਤਨਾ ਬੜਾ ਕਾਹ ਪ੍ਰਿਸ਼ਟਾਚਾਰ ਹੋ ਰਿਹਾ ਇਸ ਨੂੰ ਠੱਲ ਪਾਣੀ ਮੰਨੈ ਹਰ ਬਾ ਕਹ ਰੇ 328 ਰੁਪਿਆ ਦਾ ਪਤਾ ਨਹੀਂ ਲੱਗਾ ਕਿੱਥਾ ਗਏ ਬੇਅਦਬੀ ਗੋਲੀ ਕਾਂਢ ਕੇ ਜਾਂਚ ਮਾ हाई कोर्ट के फैसले ने साबित करता भी कैप्टन बादलों के गैल गंढ धुप कर का बैठा लोग अख्या पा रहा मिट्टी ये क्लियर बात पर भी उ कल बिक्रम मजिठिया यो बापू प्रकाश बादल का रिश्तेदार सुखबीर बादल का साला और बीबी हरसिमरत कौर बादल का भाई बिक्रम मजिठिया इसने प्रेस कॉन्फ्रेंस करी ਆਰ ਬੀਰਾ ਜਰਨਸ ਕਤਰਾ ਸ਼੍ਰੋਮਣੀ ਕਾਲੇਦਲ ਕਾ ਆਰ ਕਾਮਰ ਬੀਜੇ ਪ੍ਰਤਾਪ ਆਰ ਸ਼੍ਰੋਮ ਇਹ ਨਵਜੋਧ ਸਿੱਧੂ ਬਨ ਨਸਾਨਾ ਲਾਇਆ ਇਸਨੇ ਕੱਲ ਮਜੀਠਿਆ ਕਹਿ ਰਿਆ ਆਈ ਜੀ ਕਾਮਰ ਬੀਜੇ ਪ੍ਰਤਾਪ ਕਾ ਚਿਲਾਕ ਲੂੰਬੜੀ ਲੂੰਬੜੀ ਆਰ ਬਾ ਕਹਿ ਰਿਆ ਆਮ ਆਦਮੀ ਪਾਰਟੀ ਮਾਂ ਜਾਣੇ ਕੀ ਚੱਕਰ ਮਾਂ ਖੂ ਮਰਿਆ ਕਹਾ ਕਾਮਰ ਬੀਜੇ ਪ੍ਰਤਾਪ ਨੇ ਕਹਾ ਵੋਟਾਂ ਲੜਦੀਆਂ ਯੋ ਬਾਤ ਮੇਰੇ ਤੇ ਲਖਾ ਲਿਓ ਮਾਜੀ ਠੀਏ ਨਾ ਕਹਿਆ ਤੇ ਆਰ ਕਾਪਟਨ ਨੇ ਸਵਾਲ ਕਰਿਆ ਵੀ ਸਿੱਟ ਬਣਾਈ। ਇਹ ਕਿਸ ਨੇ ਬਣਾਈ? ਪ੍ਰਬੋਧ ਕੁਮਾਰ ਨੂੰ ਸਿੱਟ ਦਾ ਮੁਖੀ ਲਾਇਆ। ਪ੍ਰਬੋਧ ਕੁਮਾਰ ਜੀ ਪੀ ਨੂੰ ਕਹ ਹੈ ਵੀ ਚਿੱਠੀ ਲਿਖਾਏ, ਇਹ ਮਨਮਰਜ਼ੀਆਂ ਕਰਾ। ਆਰ ਸੀਨੀਅਰ ਆਰ ਜੂਨੀਅਰ ਅਧਿਕਾਰੀਆਂ ਨੇ ਇਸ ਕੀ ਕਾਰਜ ਸੈਲੀਪਾ ਇਤਰਾ ਚੱਕਿਆ। ਕੈਪਟਨ ਕਹਿ ਰਿਹਾ ਵੀ ਇਹ ਕਹਦਾ ਵੀ ਦਿਨਕਰ ਗੁਪਤਾ ਨਲੈਕ। ਇਹ ਕਹਦੇ ਨੇ ਆਰ ਮਜੀਠਿਆ ਕਹ ਰਹਾ ਜੇ ਕਮਰ বিজে ਪ੍ਰਤਾਪ ਅਸਤੀਫਾ ਦੇਣਾ ਚਾਹ ਹਾ ਤਾਂ ਡੀਜੀਪੀ ਨੂੰ ਕਹਾ ਵੀ ਦੇਵੇਂ ਜਾਗਾ ਹੋਬ ਸੈਕਟਰੀ ਹੁੰਦਾ ਮਜੀਠਿਆ ਨੇ ਨਵਜੋਸ Sidhu ਨੂੰ ਵੀ ਚੱਕਿਆ ਫਿਰ Sidhu আর ਕਮਰ বিজে ਪ੍ਰਤਾਪ ਕਾਈ ਟਾਈমিং দেখো ਵਾ ਹੈ ਨੀ Sidhu ਨੂੰ ਪਹਿਲਾਂ ਕਹਾ ਬਰਗਾੜੀ ਚੇਟਾ ਨਹੀਂ ਆਇਆ ਈ ਬਰਗਾੜੀ ਆਦ ਆ ਗਿਆ ਇਹ ਮਜੀਠਿਆ ਕਹ ਰਹਾਗਾ Sidhu ਗਾ ਇਹ Sidhu ਅਗੇ ਜਾਣ ਕੀ ਤਿਆਰੀ ਸਰਕਾਰ ਸਰਕਾਰ ਬਣਦੀ ਨੀ ਦੋ ਇੱਕ ਆ ਤੀਵੀ ਮਾਲਕ ਉੱਧਰ ਜਾਣੇ ਫਿਰ ਆਰਾ ਇਸੇ ਕਰਕੇ ਕਾ ਇਨ ਨੇ ਯੋ ਚੱਕਿਆ ਚੱਕਣ ਤਾਂ ਹੀ ਵੀਰ ਕਮਰ ਬੀਜੇ ਪ੍ਰਤਾਪ ਕੀ ਰਿਪੋਰਟ ਪਾ ਬੀਬੀ ਨਵਜੋਤ ਕੌਰ ਸਿੱਧੂ ਨੇ ਯੋ ਰਾਜੇ ਕੀ ਸਰਕਾਰ ਕੇ ਲਈ ਜੀ ਬੀਬੀ ਸਿੱਧੂ ਕਾਰੀ ਪੰਜਾਬ ਸਰਕਾਰ ਕੇ ਮੁਸ਼ਕਲਾ ਖੜੀਆ ਕਰਤੀ ਐ ਯੋ ਬਾਤਾਂ ਕਰਕੇ ਬੀਬੀ ਸਿੱਧੂ ਮੈਦਾਨ ਮਾਂ ਆ ਕੇ ਸਰਕਾਰ ਕੇ ਪੋਲਾ ਖੋਰੀ ਸੋਹ ਵਾਰ ਨੂੰ ਯੋ ਨਵਜੋਤ ਕੌਰ ਸਿੱਧੂ ਏਸ਼ੀਆ ਕੀ ਸਭ ਤੋਂ ਵੱਡੀ ਦਾਣਾ ਮੰਡੀਆਂ ਖੰਨੇ ਮੇ ਪਹੁੰਚੀ ਕਾਂਗਰਸੀਆ ਗੋ ਗੈਲ ਆਰ ਕਾਂਗਰਸ ਨੇ ਕਹਾ ਜਨਤਾ ਨੂੰ ਕਾ ਕਚੈਰੀ ਮੈਂ ਖੜਾ ਕਰਤਿਆ ਆਰ ਸਰਕਾਰ ਕੇ ਉਪਰ ਸਵਾਲ ਖੜੇ ਹੋਵੇ ਸਿੱਧੂ ਨੇ ਦੇਸ਼ ਮੈਂ ਕ੍ਰਾਂਤੀ ਲੈਣ ਦੀ ਬਾਤ ਕਰੀਗਾ ਦੋਏਗਾ ਸਰਕਾਰਾਂ ਕਾ ਕੜੇ ਹੱਥੀ ਲੈ ਪੀਪੀ ਗਾਰੀ ਕਹਾ ਬਰਗਾੜੀ ਕਾਂਡ ਮੈਂ ਯੋ ਸਿੱਟ ਕੀ ਰਿਪੋਰਟ ਜਨਤਾ ਕਰੇਗਾ ਦੱਸੋ ਕਿਆ ਲਿਖਿਆ ਰੋਟ ਮੈਂ ਤਾਂ ਪਤਾ ਹੀ ਨਹੀਂ ਕਿਆ ਕਰਤੇ ਆ ਹੈ ਆਰ ਵੀਰ ਇਸ ਸਰਕਾਰ ਕਾ ਵੀਰ ਯੋ ਬਰਗਾੜੀ ਗੋਲੀ ਕਾਂਡ ਚਲਾਣ ਕੇ ਪਿਛੇ ਪਛਾਣ ਨਹੀਂ ਹੋਈ ਬੰਦੇ ਕਾ ਈ ਤੱਕ ਦੱਸ ਗ੍ਰਹਿ ਮੰਤਰੀ ਡੀਜੀਪੀ ਨੂੰ ਅਸਤੀਫਾ ਦੇਣਾ ਚਾਹੀਦਾ ਕਾ ਅਧੂਰੀ ਰਿਪੋਰਟ ਕਰਕੇ ਹਾਈ ਕੋਰਟ ਮੈਂ ਖਾਰਜ ਹੋਗੀ ਗਾ ਇਸੇ ਕਰਕੇ ਆਈਜੀ ਬੀਜੇ ਕਮਰ ਪ੍ਰਤਾਪ ਬਾ ਟਿੱਪਣੀ ਕਰਨ ਤੇ ਇਨਕਾਰ ਕਰਿਆ ਆ ਕਾ ਜਦ ਤੱਕ ਰਿਪੋਰਟ ਨਹੀਂ ਆਂਦੀ ਜਦ ਤੱਕ ਕਿਆ ਕਹਿ ਸਕਿਆ ਵੀ ਕਿਆ ਲਿਖਿਆ ਮੈਂ ਤੋ ਪਤਾ ਹੀ ਨਹੀਂ ਖਾ ਜੇ ਪੜ੍ਹੇਂਗਾ ਤਾਂ ਹੀ ਬਾ ਕੈਰੀ ਪੋਸਤ ਬੀਜੋ ਪੰਜਾਬ ਮੈਂ ਜੋ ਕਿਸਾਨਾਂ ਨੂੰ ਬਚਾਣਾ ਨਹੀਂ ਤੋ ਬਹੁਤ ਔਖਾ ਯੋ ਕਹੇ ਵੀ ਫੀਮ ਕੀ ਖੇਤੀ ਕੀ ਮੰਗ ਕਰੀ ਆਰ ਇਕੋ ਹੱਲ ਕਾ ਸਿੰਥੈਟਿਕ ਡਰੈਗ ਤਾਂ ਹੀ ਖਤਮ ਹੋਵੇਗਾ ਕਹਾ ਜੇ ਬੀਰ ਇਨਾਂ ਨੇ ਜੋ ਮਾਤਲਬੂਰਾ ਭੁੱਕੀ ਡੋਡੇ ਖੇਤੀ ਸ਼ੁਰੂ ਕਰੀ ਹੈ ਔਰ ਕੇਂਦਰ ਸਰਕਾਰ ਬਨ ਨਿਸ਼ਾਨਾ ਮਾਰਿਆ ਕਰੋੜਾਂ ਰੁਪਏ ਰਭਾਂਗੇ ਮੂਰਤੀਆਂ ਇਹੋ ਖਰਾਬ ਕਰਦੇਗਾ ਮਾਰੀ ਨੌਜਵਾਨ ਪੀੜੀਆਂ ਜਿਹੜੀਆਂ ਕਾ ਇਹ ਖਰਾਬ ਕਰਦੇਗਾ ਟ੍ਰੇਨਿੰਗ ਨਹੀਂ ਦਈ ਕੋਈ ਸੜਕਾਂ ਬਗਾ ਗਾਉ ਧਨ ਮਾਰ ਰਿਆਗਾ ਬੈਂਟਰੀ ਹਫਤਾ ਹਸਪਤਾਲ ਹੈ ਨਹੀਂ ਕੋਈ ਹੈ ਦੱਸੋਗਾ ਇਹੋ ਬਾਤ ਬਣਾ ਆਰ ਉਦਾਰਿਸ ਕੇ ਕਾਰਾ ਲਾ ਸਕਬੀਰ ਬਾਦਲ ਨੂੰ ਕਾਰ ਪ੍ਰਕਾਸ਼ ਬਾਦਲ ਨੂੰ ਚੱਕ ਅੰਦਰ ਕਿਉਂ ਨਹੀਂ ਦੇ ਆਇਓ ਸਿੱਧੂ ਕਰਿਆ ਕਾ ਕਿਉਂ ਨਹੀਂ ਦਿਆ ਚੱਕ ਇਸ ਨੂੰ ਅੰਦਰ ਯੋ ਦੱਸੋ ਬੰਦੂਗਾ ਹਰਬੀਰ ਪ੍ਰਕਾਸ਼ ਬਾਦਲ ਔਰ ਯੋ ਸਖਬੀਰ ਬਾਦਲ ਕਾਈਨੋ ਦੋ ਚੱਕ ਅੰਦਰ ਔਰ ਕਾ ਯੋ ਜੜੀ ਜਾਂ ਚੋਰੀ ਕਾਈ ਨਗਾ ਬਹੁਤ ਬੀਰੀ ਉਹ ਕਾਇਲੋ ਦੀ ਗੱਲਾਂ ਬਹੁਤ ਖੂਲ ਕੇ ਨਿਕਲੀਆਂ ਬਾਹਰ ਈਵ ਮੁਸ਼ਕਲ ਖੜੀ ਹੋਗੀ ਯੋ ਇਨਾ ਬਾਸਤਾ ਆਰ ਉਦਰ ਦੀਪ ਸਿੱਧੂ ਕੀ ਇਹ ਰਿਮਾਂਡ ਮੰਗਰੇ ਤੇ ਦਿੱਲੀ ਪੁਲਿਸ ਵਾਲੇ ਕਾ ਹਾਜੀ ਰਿਮਾਂਡ ਦਿਓ ਲੈ ਦੱਸ ਵੀ ਥਾਣਾ ਪਹਿਲਾਂ ਵੀ ਤਾਂ ਇਸ ਨੂੰ ਫੜਿਆ ਤੇ ਜਾਦੇ ਰਿਮਾਂਡ ਲਿਆ ਇਹ ਜਦ ਨਹੀਂ ਨਿਕਲਿਆ ਕੁਛ ਈਬ ਪ੍ਰਾਤਨ ਵਿਭਾਗ ਵਾਲਾ ਕੇਸ ਮਾ ਉਥਾ ਕਿਹੜੇ ਜਗ੍ਹਾ ਥਾਂ ਮਿੱਟਾਂ ਗੀਲੜੇ ਵੀ ਕਿਹੜੀ ਪੱਨ ਨਹੀਂ ਟਕੇੜੀ ਨਹੀਂ ਪੰਨੀ ਹੈ ਦੱਸ ਇਹ ਮੰਦੋ ਦਿੱਲੀ ਪੁਲਿਸ ਵਾਲਾਂ ਕੀ ਸਮਝ ਬਣੀ ਹੱਤੀ ਵੀ ਈਬ 23 ਪ੍ਰਿਆਲ ਨੂੰ ਫੈਸਲਾ ਆ ਗਿਆ ਜ਼ਮਾਨਤ ਪਾਗਲੀ ਬਾ 14 ਦਿਨ ਦੀ ਜੁਡੀਸ਼ੀਅਲ ਕਾਸਟਡੀ ਮੈਂ ਭੇਤੇਗਾ ਵੀ ਜਾ ਵੀ 14 ਦਿਨ ਹੋਰ ਲਾਕਾ ਈਬ ਸਿੱਧੂ ਗਰ ਮਾਂਡ ਵ ਬਹਿਸ ਹੋਈ ਆਰਤਾ ਯੋ ਵੀਕਰ ਫੇਰ ਗ੍ਰਿਫਤਾਰੀ ਕਰ ਕਾ ਯੋ ਸਿੱਧੂ ਘਰ ਰਿਮਾਂਡ ਮੰਗਿਆ ਦਾ 4 ਦਿਨ ਕਾ 4 ਦਿਨ ਕਾ ਹੈ ਮੈਂ ਗੱਲ ਬਾਤ ਕਰਨੀ ਲੈ ਦੱਸ ਇਹ ਪਹਿਲਾ ਫੜਿਆ ਜਦੇ ਕਰ ਲੰਦੇ ਗੱਲ ਯੋ ਪੁਰਾਤਤਵ ਵਿਭਾਗ ਜਿਹੜਾ ਇਸਨੇ ਕਰਾਈ ਤੀ ਐਫ ਆਈ ਆਰ ਦਾ ਚ ਚਲੋ ਖੈਰ ਵੀ ਇਸ ਕਾ ਵੀ ਹਲਾ ਯੋ ਕਹਲੋ ਵੀ ਗਿੱਲਾ ਪੀਣਾ ਪਿਆਵਾ ਹਾਲੇ ਹੌਲੀ ਹੌਲੀ ਨਿਕਲੇਗਾ ਬਾਹਰ ਆਠ ਠੇਕੇ ਵਾ ਪਹੁੰਚ ਗਈ ਕ ਬੀਬੀ ਸ਼ਰਾਬ ਕੇ ਫਾਇਦੇ ਦੱਸ ਕਿਆ ਯੋ ਆਰ ਬੋਲੀ ਦਾ ਠੇਕੇ ਖੁੱਲੇ ਰਹਿਣਗੇ ਤਾਂ ਹਸਪਤਾਲ ਜਾਣੇ ਦੀ ਲੋੜ ਨਹੀਂ ਵੈਕਸੀਨ ਦੀ ਲੋੜ ਹੈ ਨਹੀਂ ਕਾ ਇਹ ਬਾਤ ਕਰੋਨਾ ਕੀ ਮਹਾਮਾਰੀ ਅਰਬਿੰਦ ਕੇਜਰੀ ਬਾਲ ਕਾ ਹੈ ਵੀ 10 ਮਤਲਬ 10 ਵਜੇ ਤੇ 6 ਵਜੇ ਤੱਕ ਤਾਲਾਬੰਦੀ ਦਾ ਐਲਾਨ ਕਰ ਰਿਆ दारू ਦੀ ਦੁਕਾਨਾਂ ਕਾ ਖੁੱਲੀਆਂ ਰਹਿਗੀਆਂ ਆਰ ਦਿੱਲੀ ਮੇਂ ਪੀੜ ਇਕੱਠੀ ਨਹੀਂ ਹੋਵੇਗੀ 10 ਮਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਲੌਕਡਾਊਨ ਲੱਗ ਰਿਹਾ ਜਿਸ ਕਰਕੇ ਬੜੀ ਬਾਤ ਖੜੀ ਹੋਗੀ ਮੇਈ ਅੱਗਾ ਰਾਜਾ ਇਸਨ ਹੌਲੀ ਹੌਲੀ ਵਧਾਵੇਗਾ ਜਾਂ ਘਟਾਵੇਗਾ ਪਰ ਯੋ ਬਾਤ ਪੱਕੀ ਲੋਕਾਂ ਦਾ ਪੈਸਾ ਹੈ ਨਹੀਂ ਈਬ ਜੇ ਲੌਕਡਾਊਨ ਲੱਗ ਗਿਆ ਲੋਕ ਮੁਦੇ ਮੂ ਗਿਰੇਗੇ ਯੋ ਬਾਤ ਕੀ ਗਾਰੰਟੀ ਲਾਡਾ ਆਪਣੇ ਸੋਮਾ ਲੈ ਰਿਆ ਯੋ ਜਿਤਨਾ ਮਰਜੀ ਕਹ ਲਿਓ ਸਰਕਾਰ ਬਦ ਦਵਾਨੀ ਹੈ ਨਹੀਂ ਕਿ ਜਨਾ ਆਟਾ ਦੇਨੇਗਾ ਇਨ ਕੋ ਬਹੇ ਨਹੀਂ ਹੱਲ ਕਿਸਨ ਦੇ ਦੇਗਾ ਆਟਾ ਕਿਸੇ ਨੂੰ ਨਹੀਂ ਦੇ ਈਬ ਤੋਂ ਪਿੰਡਾਂ ਮਾਂ ਵੀ ਲੰਗਰ ਨਹੀਂ ਲੱਗਣੇ ਜਿਹੜਾ ਜੋ ਲੱਛਣ ਇਹਨਾਂ ਨੇ ਉਥਾ ਦਿੱਲੀ ਬਾਰਡਰ 'ਤੇ ਕਰਿਆ ਨਾ ਇਹ ਤਾਂ ਪਿੰਡਾਂ માં ਵੀ ਲੰਗਰ ਨਹੀਂ ਲੱਗਦੇ ਜੋ ਵੀ ਗਰੰਟੀ ਚਲੋ ਘਰ ਲਾਡਾ ਡਿਸਕਾਊਂਟੇਡ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਛੋਟੀ ਬ੍ਰੇਕ ਲਿਆ ਬ੍ਰੇਕ ਤੋਂ ਬਾਅਦ ਅਗਲੀ ਗੱਲਬਾਤ ਥਾਰੇ ਨਾਲ ਇਤਨੀ ਚਲੇਗੀ ਲਾਡਾ ਕਹੀਂ ਨਹੀਂ ਜਾਂਦਾ ਆਪਾਂ ਇੱਕ ਬ੍ਰੇਕ ਲੇਗਾ ਅਗਲੇ ਟਾਪ ਤੋਂ ਬਾਅਦ ਥਾਰੇ ਨਾਲ ਗੱਲਬਾਤ ਇਸੇ ਤਰ੍ਹਾਂ ਕਰਦੇ ਰਹਿ